हेलो एवरीवन, दिस इज करमवीर मानस एंड आईएलटीएस ट्रेनर। आज दी वीडियो दे विच बच्चे बहुत सारे बच्चों दी डिमांड सीगियां, बहुत सारे बच्चों दी नीड सीगी। मैनूं परसनली मैसेज भी आए ने, बहुत सारे बच्चों ने कमेंट्स ड्रॉप करे ने कि सर सानूं आईएलटीएस राइटिंग दे उपर वीडियो चाहिदी है, राइटिंग टास्क टू स्पेशली, कि साथों टाइम नहीं मैनेज हुंदा, सानूं प्रॉपर तुसीं करके दिखाओ। हुण इस तों पिछली वीडियो दे विच पुत्र आपां की सिखिया सी, ਆਪਾਂ ਦੇਖਿਆ ਕਿ ਰਾਈਟਿੰਗ ਟਾਸਕ 2 ਕੋਈ ਵੀ ਟਾਈਪ ਹੈ, ਆਪਾਂ ਲੈਤੀ ਸੀ ਐਗਰੀ ਡਿਸਐਗਰੀ ਟਾਈਪ, ਵੀ ਉਹਦੀ ਇੰਟਰੋਡਕਸ਼ਨ ਕਿਵੇਂ ਲਿਖਣੀ ਆ, ਕਿਵੇਂ ਸਟੇਟਮੈਂਟ ਨੂੰ ਰੀਫਰੇਸ ਕਰਨਾ, ਕਿਵੇਂ ਅਸੀਂ ਸਟੇਟਮੈਂਟ ਦੀ ਥੀਸਿਸ ਲਾਈਨ ਬਣਾਉਣੀ ਹੈਗੀ। ਫਿਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਸੈਂਪਲ ਦੇ ਨਾਲ ਸਾਰਾ ਟਾਸਕ 2 ਆ ਜਿਹੜਾ ਕੰਪਲੀਟ ਕਰਵਾਉਂਗਾ, ਸਮਝਾਉਂਗਾ। ਹੁਣ ਜਿਹੜਾ ਅੱਜ ਦੀ ਵੀਡੀਓ ਪੁੱਤਰ, ਅੱਜ ਦੀ ਵੀਡੀਓ ਦੇ ਵਿੱਚ ਉਹੀ ਸੇਮ ਟਾਸਕ ਹੈ ਕੱਲ ਵਾਲਾ ਆਪਣਾ, ਜਿਹਦੀ ਆਪਾਂ ਇੰਟਰੋਡਕਸ਼ਨ ਬਣਾਈ ਸੀ, ਉਹੀ ਸੇਮ ਟਾਸਕ ਅੱਜ BP1 BP2 ਕਨਕਲੂਜਨ, ਤਿੰਨੋਂ ਪਾਰਟ ਇਹ ਹੋ ਗਈ। ਇੰਟਰੋਡਕਸ਼ਨ ਆਪਾਂ ਪਹਿਲਾਂ ਕਰ ਚੁੱਕੇ ਹਾਂ, ਅੱਜ ਦੁਬਾਰਾ ਗੋ ਥਰੂ ਹੋਵਾਂਗੇ। ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ, ਕਲੋਜ਼ਲੀ ਫੋਲੋ ਕਰਿਓ। 35 ਤੋਂ 40 ਮਿੰਟ ਤੱਕ ਆਪਣਾ ਜਿਹੜਾ ਰਾਈਟਿੰਗ ਟਾਸਕ 2 ਹੈ ਉਹ ਚੱਲਦਾ ਹੁੰਦਾ, ਬਟ ਮੈਂ ਤੁਹਾਨੂੰ 20 ਮਿੰਟ ਦੇ ਵਿੱਚ ਸਾਰਾ ਕਨਸੈਪਟ ਕਲੀਅਰ ਕਰਵਾ ਦੂੰਗਾ ਇਸ ਵੀਡੀਓ ਦੇ ਵਿੱਚ। ਸੋ ਜਿੰਨੇ ਬੱਚਿਆਂ ਨੂੰ ਪਰਸਨਲੀ ਮੇਰਾ ਇਹ ਅਪੀਲ ਹੈ, ਜਿੰਨੇ ਵੀ ਬੱਚਿਆਂ ਨੂੰ ਰਾਈਟਿੰਗ ਦੇ ਵਿੱਚ ਪ੍ਰੋਬਲਮਸ ਨੇ, ਰਾਈਟਿੰਗ ਟਾਸਕ 2, ਰਾਈਟਿੰਗ ਟਾਸਕ 2 ਦੇ ਸੈਂਟੈਂਸ ਫਾਰਮੇਸ਼ਨ, ਕੋਈ ਆਈਡੀਆਜ਼ ਦੇ ਉੱਪਰ, ਕੋਈ ਇੰਟਰੋਡਕਸ਼ਨ ਦੇ ਉੱਪਰ, ਕੰਕਲੂਜਨ ਦੇ ਉੱਪਰ, ਕਿਸੇ ਵੀ ਟਾਈਪ ਦਾ ਡਾਊਟ ਹੈ, ਉਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣਗੇ। ਐਗਰੀ ਡਿਸਐਗਰੀ ਐਸੇ ਆ ਜਿਹੜਾ ਸਪੈਸ਼ਲੀ ਅੱਜ ਉਹ ਟਾਈਪ ਮੈਂ ਤੁਹਾਡੇ ਲਈ ਚੂਜ਼ ਕੀਤੀ ਹੈ, ਉਹਦੇ ਸਾਰੇ ਡਾਊਟ, ਉਹਨੂੰ ਕਿਵੇਂ ਲਿਖਣਾ ਗਾ, ਕਿਵੇਂ ਉਹਦੀ ਇੰਟਰੋ ਬਣਾਉਣੀ ਆ, ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਜਾਊਗਾ, ਤੇ ਅੱਜ ਤੋਂ ਬਾਅਦ ਤੁਹਾਡਾ ਐਗਰੀ ਡਿਸਐਗਰੀ ਐਸੇ ਕਦੇ ਵੀ ਗਲਤ ਨਹੀਂ ਹੋਣਾ। ਟੇਕ ਮਾਈ ਵਰਡਸ, ਅੱਜ ਤੋਂ ਬਾਅਦ ਤੁਹਾਡਾ ਐਗਰੀ ਡਿਸਐਗਰੀ ਐਸੇ ਕਦੇ ਵੀ ਗਲਤ ਨਹੀਂ ਹੋਊਗਾ। ਮੂਵਿੰਗ ਟੂ ਨੈਕਸਟ, ਜਦੋਂ ਅਗਲੀਆਂ ਵੀਡੀਓਜ਼ ਦੇ ਵਿੱਚ ਆਪਾਂ ਦੇਖਾਂਗੇ ਜਿਹੜੀਆਂ ਹੋਰ ਟਾਈਪਸ ਨੇ, ਐਡਵਾਂਟੇਜ ਡਿਸਐਡਵਾਂਟੇਜਸ ਵਾਲੀਆਂ, ਪ੍ਰੋਬਲਮ ਸੋਲੂਸ਼ਨ ਵਾਲੀਆਂ, ਸਾਰੇ ਐਸੇ ਆਪਾਂ ਸਟੈਪ ਬਾਏ ਸਟੈਪ 10 ਤੋਂ 15 ਦਿਨ ਦੇ ਵਿੱਚ ਸਾਰੇ ਐਸੇ ਤੁਹਾਡੇ ਮੈਂ ਕੰਪਲੀਟ ਕਰਵਾ ਦੂੰਗਾ। ਸੋ ਵੀਡੀਓ ਵੱਲ ਦੇਖਣਾ ਪੁੱਤਰ, ਕਿ ਕਿਵੇਂ ਕਿਵੇਂ ਆਪਾਂ ਕਿਹੜੇ ਕਿਹੜੇ ਕਨੈਕਟਰ ਯੂਜ਼ ਕਰਦੇ ਹਾਂ, ਕਿਹੜੇ ਕਿਹੜੀਆਂ ਸਟਾਰਟਿੰਗ ਲਾਈਨਸ ਯੂਜ਼ ਕਰਦੇ ਹਾਂ। ਪ੍ਰੋਪਰਲੀ ਵੀਡੀਓ ਨੂੰ ਫੋਲੋ ਕਰਿਓ, ਅੱਜ ਦੇਖਦੇ ਹਾਂਗੇ ਕਿ ਕਿਵੇਂ ਆਪਾਂ ਟਾਸਕ 2 ਹੈ ਜਿਹੜਾ ਉਹਨੂੰ ਕੰਪਲੀਟ ਕਰਨਾ ਹੈ। ਸੋ ਦੇਖੋ ਪੁੱਤਰ, ਇਹ ਆਪਣਾ ਟਾਸਕ 2 ਜਿਹੜਾ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀਗਾ ਕਿ ਇਹਦੀ ਸਟੇਟਮੈਂਟ ਸੀਗੀ ਐਗਰੀ ਔਰ ਡਿਸਐਗਰੀ ਐਸੇ ਟਾਈਪ ਵਾਲੀ। ਹੁਣ ਇਹਦੇ ਵਿੱਚ ਸਟੇਟਮੈਂਟ ਮੈਂ ਤੁਹਾਨੂੰ ਦੁਬਾਰਾ ਪੜਾਉਣਾ, ਅੱਜ ਤੁਹਾਨੂੰ ਪ੍ਰੋਪਰ ਸੈਂਪਲ ਆਨਸਰ ਦੇ ਨਾਲ ਕਰਵਾਉਂਗਾ ਕਿ ਕਿਵੇਂ ਆਪਾਂ BP1 ਲਿਖਣਾ, ਕਿਵੇਂ ਆਪਾਂ BP2 ਦੇਖ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਸਟੇਟਮੈਂਟ ਕੀ ਸੀਗੀ ਬੱਚੇ ਆਪਣੀ, ਕਿ ਕੇਅਰਿੰਗ ਫਾਰ ਚਿਲਡਰਨ ਇਜ਼ ਪ੍ਰੋਬੈਬਲੀ ਦਾ ਮੋਸਟ ਇੰਪੋਰਟੈਂਟ ਜੌਬ ਇਨ ਐਨੀ ਸੋਸਾਇਟੀ, ਵੀ ਜਿਹੜੀ ਬੱਚਿਆਂ ਦੀ ਕੇਅਰ ਆ ਉਹ ਸਭ ਤੋਂ ਇੰਪੋਰਟੈਂਟ ਜੌਬ ਹੈਗੀ ਸੋਸਾਇਟੀ ਦੇ ਵਿੱਚ। ਬਿਕਾਜ਼ ਆਫ ਦਿਸ, ਇਸੇ ਰੀਜ਼ਨ ਕਰਕੇ, ਆਲ ਦਾ ਮਦਰਸ ਐਂਡ ਫਾਦਰਸ ਸ਼ੁੱਡ ਬੀ ਰਿਕੁਆਇਰਡ ਟੂ ਟੇਕ ਕੋਰਸ ਦੈਟ ਪ੍ਰਪੇਅਰਸ ਦੈਮ ਟੂ ਬੀ ਗੁੱਡ ਪੇਰੈਂਟਸ। ਇਸੇ ਰੀਜ਼ਨ ਕਰਕੇ ਜਿਹੜੇ ਮਾਂ ਪਿਓ ਨੇਗੇ ਬੱਚਿਆਂ ਦੇ, ਮਦਰ ਫਾਦਰ ਨੇ, ਉਹਨਾਂ ਨੂੰ ਇੱਕ ਕੋਰਸ ਜੁਆਇਨ ਕਰਨਾ ਚਾਹੀਦਾ, ਸ਼ੁੱਡ ਬੀ ਮਤਲਬ ਕੰਪਲਸਰੀ ਕਰਤਾ ਉਹਨਾਂ ਨੇ ਕਿ ਉਹਨਾਂ ਨੂੰ ਇੱਕ ਕੋਰਸ ਜੁਆਇਨ ਕਰਨਾ ਚਾਹੀਦਾ ਜਿਹੜਾ ਉਹਨਾਂ ਨੂੰ ਪ੍ਰਪੇਅਰ ਕਰੂਗਾ ਕਿ ਉਹ ਇੱਕ ਗੁੱਡ ਪੇਰੈਂਟਸ, ਵਧੀਆ ਪੇਰੈਂਟਸ ਜਿਹੜੇ ਬਣ ਸਕਣਗੇ। ਸੋ ਇਹਦੇ ਵਿੱਚ ਕੁਐਸਚਨ ਟਾਈਪ ਆਪਾਂ ਨੂੰ ਕਿ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ, ਸਾਨੂੰ ਐਗਰੀ ਡਿਸਐਗਰੀ ਪੁੱਛਿਆ ਕਿ ਤੁਸੀਂ ਕਿੰਨੇ ਐਗਰੀ ਕਰਦੇ ਹੋ ਸਟੇਟਮੈਂਟ ਨਾਲ, ਕਿੰਨੇ ਤੁਸੀਂ ਡਿਸਐਗਰੀ ਕਰਦੇ ਹੋਗੇ। ਸੋ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੁੱਤਰ ਦਿਖਾਇਆ ਸੀਗਾ ਕਿ ਜਿਹੜੀ ਆਪਾਂ ਇੰਟਰੋਡਕਸ਼ਨ ਬਣਾਉਣੀ ਆ ਉਹਦੇ ਵਿੱਚ ਆਪਾਂ ਰੀਫਰੇਸ ਕਰਨਾ ਪਲੱਸ ਥੀਸਿਸ ਲਾਈਨ ਲਿਖਣੀ ਆ। ਰੀਫਰੇਸ ਕਿਹਨੂੰ ਕਰ ਦਿੰਦੇ ਆ ਆਪਾਂ? ਸਟੇਟਮੈਂਟ ਨੂੰ। ਥੀਸਿਸ ਕਿਹੜੀ ਹੁੰਦੀ ਆ? ਆਪਣੀ ਕੁਐਸਚਨ ਟਾਈਪ। ਹੁਣ ਇਹਦੇ ਵਿੱਚ ਧਿਆਨ ਨਾਲ ਦੇਖਿਓ ਰਾਜੇ ਕਿ ਕਿਵੇਂ ਆਪਾਂ ਦੁਬਾਰਾ, ਤੁਹਾਨੂੰ ਅੱਜ ਮੈਂ ਦਿਖਾਉਣਾ ਹੈਗਾ ਕਿ ਕਿਵੇਂ ਆਪਾਂ ਇਹਨੂੰ ਸਟੇਟਮੈਂਟ ਨੂੰ ਰੀਫਰੇਸ ਕੀਤਾ ਸੀਗਾ। ਸੋ ਐਡਮਿਟਡਲੀ ਆਪਾਂ ਇੱਕ ਵਰਡ ਲੈ ਲਿਆ, ਐਡਮਿਟਡਲੀ ਇੰਟਰੋਡਕਸ਼ਨ ਸਟਾਰਟ ਕਰਨੇ, ਵੀ ਇਹ ਮੰਨਿਆ ਜਾਂਦਾ ਹੈਗਾ ਕਿ ਟੇਕਿੰਗ ਕੇਅਰ ਆਫ ਆਫਸਪ੍ਰਿੰਗ। ਹੁਣ ਸਾਨੂੰ ਚਿਲਡਰਨ ਦਾ ਸਨਨੀਅਮ ਪਤਾ ਸੀ, ਅਸੀਂ ਚਿਲਡਰਨ ਨੂੰ ਕੀ ਲਿਖ ਲਿਆ? ਆਫਸਪ੍ਰਿੰਗ ਲਿਖ ਲਿਆ। ਇਜ਼ ਅ ਹਿਊਜ ਰਿਸਪੋਂਸੀਬਿਲਟੀ, ਉਹਨਾਂ ਨੇ ਕਿਹਾ ਸੀ ਵੀ ਇੰਪੋਰਟੈਂਟ ਜੌਬ ਇਨ ਐਨੀ ਸੋਸਾਇਟੀ, ਇਜ਼ ਅ ਹਿਊਜ ਰਿਸਪੋਂਸੀਬਿਲਿਟੀ, ਵੀ ਵੱਡੀ ਰਿਸਪੋਂਸੀਬਿਲਿਟੀ ਆ ਟੂ ਬੀਅਰ ਬਾਏ ਪੇਰੈਂਟਸ, ਜਿਹੜੀ ਪੇਰੈਂਟਸ ਦੀ ਹੁੰਦੀ ਹੈਗੀ। ਐਂਡ ਅ ਸੈਕਸ਼ਨ ਆਫ ਸੋਸਾਇਟੀ ਬਲੀਵਸ ਦੈਟ ਇਟ ਇਜ਼ ਮੈਂਡੇਟਰੀ, ਹੁਣ ਉਹਨਾਂ ਨੇ ਕਿਹਾ ਸੀਗਾ ਕਿ ਸ਼ੁੱਡ ਬੀ ਰਿਕੁਆਇਰਡ, ਸ਼ੁੱਡ ਬੀ ਦਾ ਮਤਲਬ ਹੁੰਦਾ ਆਪਾਂ ਸਨਨੀਅਮ ਯੂਜ਼ ਕਰ ਲਿਆ ਮੈਂਡੇਟਰੀ, ਕਿ ਇਟ ਇਜ਼ ਮੈਂਡੇਟਰੀ ਫੋਰ ਆਲ ਦਾ ਪੇਰੈਂਟਸ ਟੂ ਟੇਕ ਪਾਰਟ ਇਨ ਪੇਰੈਂਟਿੰਗ ਕੋਰਸਿਸ। ਹੁਣ ਉਹਨਾਂ ਨੇ ਬੱਚੇ ਆਪਾਂ ਨੂੰ ਦਿੱਤਾ ਸੀਗਾ ਕਿ ਟੇਕ ਕੋਰਸ, ਕੋਰਸ ਕਿਹੜੇ ਹੋਣਗੇ? ਚਾਈਲਡ ਕੇਅਰ ਕੋਰਸ, ਜਿਨ੍ਹਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂਗੇ,
पेरेंटिंग कोर्स भी कह दें। सो उदू बाद इत तक आप रीफ्रेज किया लास्ट वीडियो दे विच ये अपनी हैगी थीसिस लाइन कि आई कंप्लीटली डिसअग्री विद दिस नोशन बिकॉज देर आर वेरियस अदर इफेक्टिव अल्टरनेटिव। हुण उन्हां ने आपां जदों आपां डिसअग्री होए आ मैं क्यों डिसअग्री होया मैं रीजन दिता गा कि आई कंप्लीटली डिसअग्री विद दिस नोशन बिकॉज देर आर वेरियस अदर इफेक्टिव अल्टरनेटिव भी होर तरीके भी है टू लर्न पेरेंटिंग स्किल्स भी वधिया पेरेंट्स बनने लई होर भी बहुत वधिया तरीके हैगे नेगे जरूरी नहीं है सानू कोर्स ही ज्वाइन करने पैणगे। सो देखो आप रीफ्रेज भी कर लिया आपां थीसिस स्टेटमेंट भी उहदी बनाती तां इहदे अपने पॉइंट फाइव बैंड पुत्र आ मैं इत्थे हाईलाइट भी कीता होया कि इहदे पॉइंट फाइव बैंड आपां नूं मिलने नेगे अपने एग्जाम दे विच। सो इह वे सीगा कि किवें आपां इंट्रो बनाई सी। हुण मेरा मेन मोटिव है पुत्र तुहानूं अज टास्क वन जिहड़ा आइडिया टास्क टू सॉरी इहदे आइडियाज किवें बनाउणे ने। हुण आइडियाज बनाउण दे लई देखो पुत्र जे असीं डिसएग्री हो रहे हां मान लो मैं बीपी वन दे विच डिसएग्री होऊंगा बीपी टू दे विच मैं अल्टरनेटिव मैथड दसूंगा। हुण बीपी वन दे विच डिसएग्री मैं किहनू लैके हो रहा हाँ चाइल्ड केयर कोर्सिस नूं लैके मैं डिसएग्री हो रहा हाँ क्यों क्योंकि मैनू नहीं सही लग रहा वह कि जिहड़े चाइल्ड केयर कोर्सिस ने जरूरी नहीं गे। हुण जिहड़ा बीपी टू आ बीपी टू दे विच आपां की लिखिआ गया अल्टरनेटिव अल्टरनेटिव दा मीनिंग की हो गया पुत्र कि ये तो बिना होर भी तरीके हैगे ने जिदे नाल असीं पेरेंटिंग स्किल्स लर्न कर सकदे हां जी। सो देखो हुण आपां पहलां डिसएग्री वाले पॉइंट लै लैंदे हां भी मैं क्यों डिसएग्री हां इहदे नाल क्यों असहमत हां। हुण बच्चे चाइल्ड केयर कोर्सिस आ उहनां वास्ते फीस भी लगदी है बच्चे दी नरिशमेंट वास्ते उहदे पालन पोषण वास्ते भी फीस लगदी आ। सो देखो आपां पहलां की लै लिया कि जिहड़े पेरेंट्स आ उहनां नूं पैसे की जरूरत होंदी आ फॉर डेली नीड्स राइट। सैकेंड पॉइंट आपां की लै लिया पुत्र कि उन्होंने आपके बच्चे की परवरिश करन दे लई भी पैसे चाहिए ने। थर्ड आपां लै लिया कि कोर्सिस आर वैरी एक्सपेंसिव कि जिहड़े आ चाइल्ड केयर कोर्सिस ने ये काफ़ी महंगे नेगे अगे का रिजल्ट की आऊगा कि वह फीस अफोर्ड नहीं कर पाउणगे जी। मैं दो पॉइंट लेते ने एक तो लै लिया मैं मनी के उपर पॉइंट एक मैं लै लिया कि कोर्स आ जिहड़े वह एक्सपेंसिव होंदे ने जी। दो आपां इहनां दे लैके चलेंगे फर्स्ट नूं हुण आपां आ चीज़ नूं एक्सप्लेन करांगे जिहड़ा पुत्र अपना आ पॉइंट आ जांदा गा जिहड़ा मैं लिखूंगा कि मैं डिसअग्री हाँ वह अपना हो जाऊगा टास्क स्टेटमेंट वन जिहड़े भी आपां रीजन देवांगे कि मैं क्यों डिसअग्री हाँ वह अपनी की बन जूगी टास्क स्टेटमेंट वन प्लस आपां उह टास्क स्टेटमेंट नूं एक्सप्लेन करांगे बहुत वधिया ढंग दे नाल असीं एग्जामिनर नूं करके दिखावांगे कि सर आ रीजन आ जी मैं क्यों डिसअग्री करदी हाँ इस स्टेटमेंट नाल। हुण नैक्सट आ जाऊगा पुत्र अदर अल्टरनेटिव मैं होर अल्टरनेटिव की नेगे जे मैं डिसअग्री हाँ तो मैं होर तरीके दस रही हाँ भी की तरीके हो सकते हैं। पहला आ गया पुत्र लर्न फ्रॉम फैमिली और फ्रेंड्स भी जेडे चाइल्ड केयर असी बच्चों की केयर करनी आ उसी फैमिली ते फ्रेंड्स तो सीख सकते हैं प्लस ब्लॉग्स ते वीडियोज बनाते हैं पुत्र बहुत लोग जिन्हों तो असी सीख सकते हैं कि बच्चे की केयर किवें करनी हैगी। नैक्सट सीगा कि असी बेबी सिटर जिन्हों आप नैनी कह दें ਇਹਦੇ ਲਈ ਵਰਡ ਯੂਜ ਹੁੰਦਾ ਗਾ ਨੈਨੀ ਕਿ ਜਿਹਨਾਂ ਨੂੰ ਅਸੀਂ ਦੇਖਭਾਲ ਦੇ ਲਈ ਰੱਖ ਸਕਦੇ ਹਾਂ ਜੀ। ਸੋ ਇਹ ਮੈਂ ਦੋ ਪੁੱਤਰ ਆਈਡੀਆ ਸੀਗੇ ਕਿ ਹਾਊ ਟੂ ਮੇਕ ਪੁਆਇੰਟਸ ਫੋਰ ਟਾਸਕ ਟੂ। ਹੁਣ ਜੇ ਅਸੀਂ ਡਿਸਅਗਰੀ ਹੋਏ ਹਾਂ ਸਾਨੂੰ ਪਤਾ ਵੀ ਕੋਰਸ ਦੇ ਵਿੱਚ ਫੀਸ ਵੀ ਹੋਊਗੀ ਜਿਹੜੇ ਕਿ ਬਹੁਤ ਮਹਿੰਗੇ ਹੁੰਦੇ ਨੇ ਕੋਰਸ। ਹੁਣ ਉਹਨੂੰ ਐਕਸਪਲੇਨ ਕਰਨ ਦੇ ਲਈ ਕਿਉਂਕਿ ਸਾਨੂੰ ਸਾਰਿਆਂ ਨੂੰ ਵੀ ਪੈਸੇ ਦੀ ਜ਼ਰੂਰਤ ਆ ਸਾਡੇ ਡੇਲੀ ਨੀਡਸ ਨੂੰ ਕੰਪਲੀਟ ਕਰਨ ਦੇ ਲਈ ਸਾਰਿਆਂ ਨੂੰ ਸਾਨੂੰ ਜ਼ਰੂਰਤ ਆ ਵੀ ਅਸੀਂ ਜਿਹੜੇ ਸਾਡੇ ਬੱਚੇ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਲਈ ਵੀ ਸਾਨੂੰ ਆ ਜਿਹੜੇ ਪੈਸੇ ਚਾਹੀਦੇ ਨੇਗੇ। ਸੋ ਅਸੀਂ ਉਹ ਦੋ ਆਪਾਂ ਦੋ ਪੁਆਇੰਟ ਲੈ ਲਏ ਹੁਣ ਇਹਨਾਂ ਨੂੰ ਆਪਾਂ ਇਹ ਹੋਈ ਟਾਸਕ ਸਟੇਟਮੈਂਟ ਵਨ ਅਤੇ ਟੂ ਇਹਨਾਂ ਨੂੰ ਆਪਾਂ ਐਕਸਪਲੇਨ ਕਰਾਂਗੇ ਵਧੀਆ ਢੰਗ ਦੇ ਨਾਲ ਆਪਣੇ ਟਾਸਕ ਦੇ ਵਿੱਚ। ਸੈਕਿੰਡ ਵੀਕ ਦੇ ਲਈ ਮੈਂ ਕੀ ਲੈ ਲਿਆ ਉਹਦੇ 'ਚ ਲੈ ਲਿਆ ਕਿ ਅਸੀਂ ਫੈਮਿਲੀ ਤੋਂ ਵੀ ਸਿੱਖ ਸਕਦੇ ਹਾਂਗੇ ਵੀਡੀਓਜ਼ ਵਲੋਗਸ ਦੇਖ ਸਕਦੇ ਹਾਂ ਬੇਬੀ ਸਿਟਰ ਨੈਨੀ ਨੂੰ ਹਾਇਰ ਕਰ ਸਕਦੇ ਹਾਂਗੇ ਆਪਣੇ ਬੱਚੇ ਦੀ ਕੇਅਰ ਦੇ ਲਈ। ਸੋ ਇਹ ਪੁਆਇੰਟ ਸੀਗੇ ਰਾਜੇ ਜਿਹੜੇ ਆਪਾਂ ਇਹਦੇ ਵਿੱਚ ਮੈਨਸ਼ਨ ਕਰਨੇ ਨੇ ਜਦੋਂ ਕੋਰਸ ਨੂੰ ਲਿਖਿਆ ਕੋਰਸ ਨੂੰ ਆਪਾਂ ਸੋਚ ਕੇ ਜਦੋਂ ਆਪਾਂ ਕੋਰਸ ਵਰਡ ਸੋਚ ਲਿਆ ਤਾਂ ਆਪਣੇ ਮੂਹਰੇ ਕੀ ਵਰਡ ਆ ਗਿਆ ਕਿ ਫੀਸ। ਹੁਣ ਜਿਵੇਂ ਤੁਸੀਂ ਐਲਸ ਕਰ ਲਓ ਤੁਸੀਂ ਵੀ ਫੀਸ ਦੇ ਰਹੇ ਹੋ ਫ੍ਰੀ ਥੜੀ ਨਾ ਅਤੇ ਜੇ ਕੋਈ ਵੀ ਕੋਰਸ ਆਊਗਾ ਤਾਂ ਉਹਦੀ ਫੀਸ ਹੋਊਗੀ। ਤਾਂ ਇਹ ਸੀਗਾ ਆਪਣਾ ਕਿ ਕਿਵੇਂ ਅਸੀਂ ਆਈਡੀਆਜ਼ ਬਣਾਉਣੇ ਨੇ। ਹੁਣ ਕੋਰਸ ਦੇ ਰਿਲੇਟਡ ਮੈਨੂੰ ਆ ਗਿਆ ਕਿ ਫੀਸ ਭਰਨੀ ਪਊਗੀ ਜੇ ਫੀਸ ਭਰਾਂਗੇ ਤਾਂ ਸਾਨੂੰ ਹੋਰ ਚੀਜ਼ਾਂ ਦੀ ਜ਼ਰੂਰਤ ਵੀ ਹੁੰਦੀ ਆ ਜਿਹੜੀਆਂ ਅਸੀਂ ਯੂਜ਼ ਕਰਨੀਆਂ ਨੇ ਆਪਣੀਆਂ ਡੇਲੀ ਨੀਡਸ ਦੇ ਵਿੱਚ। ਹੁਣ ਮੂਵਿੰਗ ਆਨ ਟੂ ਨੈਕਸਟ ਪਾਰਟ ਬੱਚੇ ਕਿ ਇਹਨਾਂ ਨੂੰ ਆਪਾਂ ਲਿਖਣਾ ਕਿਵੇਂ ਆ ਕੀ ਸਾਡੀਆਂ ਸਟਾਰਟਿੰਗ ਲਾਈਨਸ ਹੋ ਸਕਦੀਆਂ ਨੇ ਕੀ ਸਾਡੇ ਸੈਂਟੈਂਸ ਹੋ ਸਕਦੇ ਨੇ ਵੀ ਅਸੀਂ ਬੀਪੀ ਵਨ ਸਟਾਰਟ ਕਰੀਏ।
ਸੋ ਮੂਵਿੰਗ ਫਰਦਰ ਪੁੱਤਰ ਦੇਖੋ ਆਪਣਾ ਬੀਪੀ ਵਨ ਹੁਣ ਬੀਪੀ ਵਨ ਦੇ ਵਿੱਚ ਦੇਖੋ ਪੁੱਤਰ ਮੈਂ ਕੀ ਲਿਤਾ ਹੋਇਆ ਕਿ ਬੀਪੀ ਵਨ ਦੇ ਵਿੱਚ ਮੈਂ ਲੈ ਲਿਆ ਟੂ ਬਿਗਿਨ ਵਿਦ ਟੂ ਬਿਗਿਨ ਵਿਦ ਦਾ ਮੀਨਿੰਗ ਕੀ ਹੁੰਦਾ ਗਾ ਕਿ ਟੂ ਸਟਾਰਟ ਵਿਦ ਕਿ ਮੈਂ ਸਟਾਰਟ ਕਰਨ ਜਾ ਰਿਹਾ ਗਾ ਅੱਗੇ ਆਪਾਂ ਕੀ ਲਿਖਿਆ ਕਿ ਦੇਰ ਆਰ ਸਮ ਰੀਜ਼ਨਸ ਵਾਈ ਆਈ ਬਿਲੀਵ ਡੈਟ ਦੇਰ ਸ਼ੁੱਡ ਨੋਟ ਬੀ ਐਨੀ ਕੰਪਲਸ਼ਨ ਟੂ ਅਟੈਂਡ ਪੇਰੈਂਟਿੰਗ ਕੋਰਸਿਸ ਹੁਣ ਉਹਨਾਂ ਨੇ ਕਿਹਾ ਸੀ ਵੀ ਸ਼ੁੱਡ ਮਤਲਬ ਉਹਨਾਂ ਨੂੰ ਕਰਨੇ ਚਾਹੀਦੇ ਤਾਂ ਆਪਾਂ ਇੱਥੇ ਕੀ ਲਿਖ ਲਿਆ ਕਿ ਦੇਰ ਸ਼ੁੱਡ ਨੋਟ ਬੀ ਐਨੀ ਕੰਪਲਸ਼ਨ ਆਪਾਂ ਜਿਹੜਾ ਰਿਕੁਆਇਰਡ ਸੀ ਉਹਦੇ ਲਈ ਆਪਾਂ ਸਿਨੋਨਿਮ ਯੂਜ਼ ਕਰ ਲਿਆ ਕੰਪਲਸ਼ਨ ਟੂ ਅਟੈਂਡ ਪੇਰੈਂਟਿੰਗ ਕੋਰਸਿਸ ਵੇਰੀਅਸ ਰੀਜ਼ਨਸ ਨੇ ਸਮ ਰੀਜ਼ਨਸ ਕਈ ਰੀਜ਼ਨਸ ਹੈਗੇ ਨੇ ਮੇਰੇ ਜਿੰਨਾ ਕਰਕੇ ਮੈਂ ਡਿਸਐਗਰੀ ਹਾਂ ਤੇ ਮੇਰਾ ਪਹਿਲਾ ਰੀਜ਼ਨ ਕੀ ਆ ਪਹਿਲਾ ਰੀਜ਼ਨ ਹੁਣ ਆਪਾਂ ਲਿਖਾਂਗੇ ਉਹਦੇ ਲਈ ਆਪਾਂ ਸਿਨੋਨਿਮ ਯੂਜ਼ ਕਰ ਲਿਆ ਮੈਂ ਹਾਈਲਾਈਟ ਕੀਤਾ ਫਸਟ ਐਂਡ ਫੋਰਮੋਸਟ ਇਜ਼ ਇਹ ਆਪਣੇ ਕਨੈਕਟਰ ਹੁੰਦੇ ਨੇਗੇ ਹੁਣ ਆਪਾਂ ਲਿਖਿਆ ਕਿ ਫਸਟ ਐਂਡ ਪਹਿਲਾ ਤੇ ਜ਼ਰੂਰੀ ਹੈ ਜਿਹੜਾ ਉਹ ਇਹ ਹੈਗਾ ਕਿ ਇਨ ਦਿਸ ਏਰਾ ਆਫ ਇਨਫਲੇਸ਼ਨ ਵੀ ਅੱਜ ਕੱਲ੍ਹ ਦਾ ਜਿਹੜਾ ਮਾਡਰਨ ਏਰਾ ਗਾ ਮਹਿੰਗਾਈ ਦਾ ਏਰਾ ਗਾ ਬੋਥ ਪੇਰੈਂਟਸ ਨੀਡ ਟੂ ਅਰਨ ਬ੍ਰੈਡ ਐਂਡ ਬਟਰ ਹੁਣ ਬ੍ਰੈਡ ਐਂਡ ਬਟਰ ਮੈਂ ਕਿਹਦੇ ਲਈ ਰੈਫਰੈਂਸ ਯੂਜ਼ ਕੀਤੀ ਆ ਪੁੱਤਰ ਮਨੀ ਦੇ ਲਈ ਬ੍ਰੈਡ ਐਂਡ ਬਟਰ ਇੱਕ ਆਪਣੇ ਫਰੇਜ਼ ਨੂੰ ਉਹਨੂੰ ਯੂਜ਼ ਕਰ ਸਕਦੇ ਹਾਂ ਆਪਾਂ ਕੀ ਲਿਖਿਆ ਕਿ ਬੋਥ ਪੇਰੈਂਟਸ ਨੀਡ ਟੂ ਅਰਨ ਬ੍ਰੈਡ ਐਂਡ ਬਟਰ ਫੋਰ ਨਰਿਸ਼ਮੈਂਟ ਆਫ ਦੇਅਰ ਬੇਬੀ ਜਿਹੜਾ ਕਿ ਆਪਾਂ ਪਹਿਲਾ ਪੁਆਇੰਟ ਦੇਖਿਆ ਸੀਗਾ ਐਂਡ ਹੈਂਡਲ ਆਲ ਦਾ ਐਕਸਪੈਂਸਿਸ ਆਫ ਦੇਅਰ ਡੇਲੀ ਨੀਡਸ ਐਂਡ ਮੈਡੀਸਿਨ ਐਸ ਵੈਲ ਪਹਿਲਾ ਪੁਆਇੰਟ ਸੀਗਾ ਆਪਣਾ ਕਿ ਨਰਿਸ਼ਮੈਂਟ ਲਈ ਚਾਹੀਦੇ ਆ ਪੈਸੇ ਬੱਚਿਆਂ ਨੂੰ ਉਹਨਾਂ ਨੂੰ ਆਪਣੇ ਡੇਲੀ ਨੀਡਸ ਨੂੰ ਕੰਪਲੀਟ ਕਰਨ ਦੇ ਲਈ ਚਾਹੀਦਾ ਤਾਂ ਆਪਾਂ ਉਹ ਐਜ਼ ਇਟ ਇਜ਼ ਲਿਖਤਾ ਕਿਵੇਂ ਲਿਖਿਆ ਦੇਖੋ ਆਪਾਂ ਪਹਿਲਾਂ ਕਨੈਕਟਰ ਯੂਜ਼ ਕਰ ਲਿਆ ਕਿ ਫਸਟ ਐਂਡ ਫੋਰਮੋਸਟ ਇਜ਼ ਇਨ ਦਿਸ ਇਰਾ ਆਫ ਇਨਫਲੇਸ਼ਨ ਬੋਥ ਪੇਰੈਂਟਸ ਨੀਡ ਟੂ ਅਰਨ ਬ੍ਰੈਡ ਐਂਡ ਬਟਰ ਬ੍ਰੈਡ ਐਂਡ ਬਟਰ ਪੁੱਤਰ ਮੈਂ ਇੱਕ ਯੂਜ਼ ਕਰ ਲਿਆ ਮਨੀ ਦੀ ਜਗ੍ਹਾ ਤੇ ਫੋਰ ਨਰਿਸ਼ਮੈਂਟ ਆਫ ਦੇਅਰ ਬੇਬੀ ਐਂਡ ਹੈਂਡਲ ਆਲ ਦਾ ਐਕਸਪੈਂਸਿਸ ਆਫ ਦੇਅਰ ਡੇਲੀ ਨੀਡਸ ਐਂਡ ਮੈਡੀਸਿਨ ਐਸ ਵੈਲ ਇਹ ਆਪਣਾ ਪੁੱਤਰ ਇੱਕ ਪੁਆਇੰਟ ਹੈ ਜਿਹੜਾ ਆਪਾਂ ਪ੍ਰੋਪਰ ਐਕਸਪਲੇਨ ਕਰਤਾ ਹੁਣ ਮੂਵਿੰਗ ਟੂ ਫਰਦਰ ਪੁਆਇੰਟ ਨੈਕਸਟ ਆਪਾਂ ਮੈਂ ਕਨੈਕਟਰ ਕੀ ਯੂਜ਼ ਕਰ ਲਿਆ ਆਲਸੋ ਇੱਥੇ ਅਸੀਂ ਮੂਵਿੰਗ ਫਰਦਰ ਵੀ ਯੂਜ਼ ਕਰ ਸਕਦੇ ਹਾਂ ਕੋਈ ਵੀ ਕਨੈਕਟਰ ਜਿਹੜਾ ਤੁਸੀਂ ਕੰਫਰਟੇਬਲ ਹੋ ਯੂਜ਼ ਕਰ ਲਓ ਮੈਂ ਕੀ ਕਰ ਲਿਆ ਆਲਸੋ ਦ ਫੀਸ ਆਫ ਦੀਸ ਕਾਇੰਡ ਆਫ ਕੋਰਸਿਸ ਇਜ਼ ਵੈਰੀ ਹਾਈ ਵਿਚ ਮੇ ਨੋਟ ਬੀ ਅਫੋਰਡੇਬਲ ਬਾਈ ਪੇਰੈਂਟਸ ਇਨ ਡੈਵਲਪਿੰਗ ਨੇਸ਼ਨ ਵੀ ਇਹ ਕੋਰਸਿਸ ਦੀ ਜਿਹੜੀ ਫੀਸ ਹੈ ਉਹ ਬਹੁਤ ਜ਼ਿਆਦਾ ਹਾਈ ਹੈਗੀ ਜਿਹੜੇ ਜਿਹੜੇ ਕਿ ਡੈਵਲਪਿੰਗ ਨੇਸ਼ਨ ਦੇ ਪੇਰੈਂਟਸ ਨੇ ਉਹ ਇਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ ਉਹ ਲਿਖ ਲਿਆ ਆਪਾਂ ਇਨ ਦਿਸ ਕੇਸ ਇੰਪੋਜ਼ਿੰਗ ਦਾ ਆਈਡੀਆ ਆਫ ਅਟੈਂਡਿੰਗ ਚਾਈਲਡ ਕੇਅਰ ਕੋਰਸਿਸ ਸੀਮ ਇਮਪ੍ਰੈਕਟੀਕਲ ਐਂਡ ਅਨਫੇਅਰ ਵੀ ਆਹ ਸਾਰਾ ਕੇਸ ਦੇਖਦੇ ਹੋਏ ਜਿਹੜੇ ਅਸੀਂ ਆਈਡੀਆ ਇੰਪੋਜ਼ ਕਰ ਰਹੇ ਹਾਂ ਧੱਕੇ ਨਾਲ ਜਿਹੜੇ ਅਸੀਂ ਲਗਾ ਰਹੇ ਹਾਂਗੇ ਕਾਹਦੇ ਆਈਡੀਆਜ਼ ਵੀ ਅਟੈਂਡਿੰਗ ਚਾਈਲਡ ਕੇਅਰ ਕੋਰਸਿਸ ਉਹ ਕੀ ਲੱਗਦੇ ਨੇ ਸੀਮ ਇਮਪ੍ਰੈਕਟੀਕਲ ਐਂਡ ਅਨਫੇਅਰ ਵੀ ਉਹ ਅਨਫੇਅਰ ਵੀ ਹੋਣਗੇ ਤੇ ਉਹ ਇਮਪ੍ਰੈਕਟੀਕਲ ਵੀ ਹੋਣਗੇ ਸਾਰੇ ਉਹਨੂੰ ਫੋਲੋ ਨਹੀਂ ਕਰ ਪਾਉਣਗੇ ਤਾਂ ਜਿਹੜਾ ਇਹ ਸੀਗਾ ਪੁੱਤਰ ਇਹ ਆਪਣਾ ਹੋ ਗਿਆ ਸੀ ਟਾਸਕ ਸਟੇਟਮੈਂਟ ਜਿਹੜੀ ਆਪਾਂ ਵੰਗ ਲਿਖੀ ਉਹਦੇ ਨਾਲ ਐਡ ਕਰਕੇ ਅਸੀਂ ਇੱਕ ਪੁਆਇੰਟ ਮੈਂਸ਼ਨ ਕਰਤਾ ਇੱਕ ਪੁਆਇੰਟ ਸੀਗਾ ਅਸੀਂ ਉਹ ਲਿਖਿਆ ਦੂਜਾ ਪੁਆਇੰਟ ਵੀ ਅਸੀਂ ਮੈਂਸ਼ਨ ਕਰਤਾ ਤਾਂ ਇਹ ਆਪਣਾ ਜਿਹੜਾ ਸੀਗਾ ਬੀਪੀ ਵਨ ਬਣ ਗਿਆ ਜਿਹਦੇ ਪੁੱਤਰ ਆਪਾਂ ਨੂੰ 2.5 ਬੈਂਡ ਮਿਲਦੇ ਨੇ 2.5 ਬੈਂਡ ਜਿਹੜੇ ਆਪਾਂ ਨੂੰ ਬੀਪੀ ਵਨ ਦੇ ਮਿਲਦੇ ਨੇ ਐਗਜ਼ਾਮ ਦੇ ਵਿੱਚ ਪਹਿਲਾ ਪੁਆਇੰਟ ਤਾਂ ਆਪਾਂ ਦੇਖਿਆ ਸੀਗਾ ਸਾਰਾ ਧਿਆਨ ਦੇ ਨਾਲ ਦੇਖੋ ਆਪਾਂ ਕੀ ਕਰਿਆ ਸੀਗਾ ਕਿ ਆਈਡੀਆਜ਼ ਦੇਖੇ ਸੀ ਕਿ ਹਾਂਜੀ ਆਹ ਆਈਡੀਆ ਸਾਡਾ ਕਿ ਨਰਿਸ਼ਮੈਂਟ ਵਾਸਤੇ ਉਹਨਾਂ ਨੂੰ ਪੈਸੇ ਚਾਹੀਦੇ ਨੇ ਉਹਨਾਂ ਨੂੰ ਆਪਣੀਆਂ ਡੇਲੀ ਨੀਡਸ ਵਾਸਤੇ ਪੈਸੇ ਚਾਹੀਦੇ ਨੇ ਅਸੀਂ ਉਹੀ ਇੱਧਰ ਐਕਸਪਲੇਨ ਕਰਤਾ ਹੁਣ ਸੈਕਿੰਡ ਪਾਰਟ ਕੀ ਸੀਗਾ ਕਿ ਫੀਸ ਬਹੁਤ ਹਾਈ ਹੈ ਇਹ ਕੋਰਸਿਸ ਦੀ ਹੁਣ ਹਰ ਇੱਕ ਅਫੋਰਡ ਨਹੀਂ ਕਰ ਪਾਊਗਾ ਆਪਾਂ ਉਹ ਵੀ ਆਈਡੀਆ ਲਿਖਤਾ ਉਸ ਤੋਂ ਬਾਅਦ ਆਪਾਂ ਇੱਕ ਰਿਜ਼ਲਟ ਦੇਤਾ ਕਿ ਇਨ ਦਿਸ ਕੇਸ ਵੀ ਇਹ ਕੇਸ ਦੇ ਵਿੱਚ ਜਿਹੜਾ ਇਹ ਆਈਡੀਆ ਗਾ ਜਿਹੜਾ ਇੰਪੋਜ਼ ਕਰਦੇ ਨੇ ਕਿ ਚਾਈਲਡ ਕੇਅਰ ਦੇ ਕੋਰਸ ਜ਼ਰੂਰੀ ਕਰਨੇ ਚਾਹੀਦੇ ਨੇ ਉਹ ਇਮਪ੍ਰੈਕਟੀਕਲ ਤੇ ਅਨਫੇਅਰ ਹੋ ਜਾਣਗੇ ਦੇਖੋ ਕਿੰਨੇ ਵਧੀਆ ਢੰਗ ਦੇ ਨਾਲ ਪੁੱਤਰ ਆਪਾਂ ਦੋਨੋਂ ਪੁਆਇੰਟ ਵੀ ਮੈਂਸ਼ਨ ਕਰਤੇ ਬੀਪੀ ਵਨ ਦੇ ਵਿੱਚ ਆਪਣੀ ਕੋਈ ਰੈਪੂਟੇਸ਼ਨ ਵੀ ਨਹੀਂ ਹੋਈ ਹੈਗੀ ਪ੍ਰੋਪਰ ਆਪਾਂ ਬੀਪੀ ਵਨ ਵਧੀਆ ਤਾਂ ਢੰਗ ਦੇ ਨਾਲ ਸੌਖੇ ਢੰਗ ਦੇ ਨਾਲ ਬਣਾ ਕੇ ਆਪਾਂ ਲਿਖਤਾ ਹੁਣ ਆਪਾਂ ਦੇਖਾਂਗੇ ਪੁੱਤਰ ਬੀਪੀ ਟੂ ਤੇ ਬੀਪੀ ਟੂ ਕੀ ਹੈਗਾ ਬੀਪੀ ਟੂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਦੱਸਣੇ ਹੈਗੇ ਦੂਸਰੇ ਅਲਟਰਨੇਟਿਵ ਕਿ ਅਲਟਰਨੇਟਿਵ ਕੀ ਨੇ ਜਿਹਦੇ ਨਾਲ ਸਾਨੂੰ ਹੈਲਪ ਮਿਲ ਸਕਦੀ ਹੈਗੀ ਚਾਈਲਡ ਕੇਅਰ ਬਾਰੇ ਸਿੱਖਣ ਦੇ ਲਈ ਹੁਣ ਉਹਦੇ ਨਾਲ ਧਿਆਨ ਨਾਲ ਦੇਖੋ ਪੁੱਤਰ ਆਪਾਂ ਲਿਖ ਲਿਆ ਕਿ ਹਾਊ ਐਵਰ ਵਰਡ ਆਪਾਂ ਲਿਖ ਲਿਆ ਇੱਥੇ ਹਾਈਲਾਈਟ ਵੀ ਕਰਤਾ ਮੈਂ ਤੁਹਾਨੂੰ ਹਾਊਐਵਰ ਕਿ ਇਹਦੇ ਅਦਰ ਐਫੀਸ਼ੀਐਂਟ ਮਈਅਰਸ ਕੁੱਡ ਆਲਸੋ ਬੀ ਟੇਕਨ ਟੂ ਲਰਨ ਪੇਰੈਂਟਹੁੱਡ ਹੁਣ ਪੇਰੈਂਟ ਸਕਿੱਲਸ ਪੇਰੈਂਟਲ ਸਕਿੱਲਸ
ਉਹਨਾਂ ਨੂੰ ਆਪਣਾ ਇੱਕ ਸਨਨੀਅਮ ਦਿੱਤਾ ਪੁੱਤਰ ਆਪਾਂ ਪੇਰੈਂਟਹੁੱਡ ਆਪਾਂ ਨੂੰ ਸਨਨੀਅਮ ਆਉਂਦਾ ਸੀ ਅਸੀਂ ਕੀ ਲਿਖਤਾ ਉੱਥੇ ਪੇਰੈਂਟਹੁੱਡ ਲਿਖਤਾ ਤਾਂ ਕੀ ਆ ਗਿਆ ਹਾਊਐਵਰ ਅਦਰ ਐਫੀਸ਼ੀਐਂਟ ਮਈਅਰਸ ਕੁੱਡ ਆਲਸੋ ਬੀ ਟੇਕਨ ਟੂ ਲਰਨ ਪੇਰੈਂਟਹੁੱਡ ਡਿਸਪਾਈਟ ਆਫ ਟੇਕਿੰਗ ਪਾਰਟ ਇਨ ਦੀਜ਼ ਕੋਰਸਿਸ ਵੀ ਇਹ ਕੋਰਸਿਸ ਦੇ ਵਿੱਚ ਪਾਰਟ ਲੈਣ ਤੋਂ ਬਿਨਾਂ ਵੀ ਸਾਡੇ ਕੋਲ ਹੋਰ ਵਧੀਆ ਮੈਥਡ ਹੈਗੇ ਨੇ ਪੇਰੈਂਟਹੁੱਡ ਸਿੱਖਣ ਦੇ ਲਈ ਲਰਨ ਕਰਨ ਦੇ ਲਈ ਹੁਣ ਆਪਾਂ ਕਨੈਕਟਰ ਯੂਜ ਕਰ ਲਿਆ ਪੁੱਤ ਕਿ ਦਾ ਮੋਸਟ ਸਿਗਨੀਫਿਕੈਂਟ ਵਨ ਇਜ਼ ਕਿ ਸਭ ਤੋਂ ਇੰਪੋਰਟੈਂਟ ਕੀ ਹੈ ਦਾ ਮੋਸਟ ਸਿਗਨੀਫਿਕੈਂਟ ਵਨ ਜਦੋਂ ਆਪਾਂ ਐਕਸਪਲੇਨ ਕਰਨਾ ਕੋਈ ਪੁਆਇੰਟ ਸਟਾਰਟਿੰਗ ਦੱਸਣੀ ਉਹਦੀ ਕਿਹੜਾ ਪੁਆਇੰਟ ਮੈਂ ਮੈਂਸ਼ਨ ਕਰਨਾ ਤਾਂ ਆਪਾਂ ਕੀ ਕੀਵਰਡ ਯੂਜ ਕਰ ਲਿਆ ਕਿ ਦਾ ਮੋਸਟ ਸਿਗਨੀਫਿਕੈਂਟ ਵਨ ਇਜ਼ ਦੈਟ ਪੇਰੈਂਟਸ ਕੁੱਡ ਲਰਨ ਟੂ ਟੇਕ ਕੇਅਰ ਆਫ ਚਾਈਲਡ ਫਰੋਮ ਦੇਅਰ ਫੈਮਿਲੀ ਮੈਂਬਰਸ ਫਰੈਂਡਸ ਐਂਡ ਨੇਬਰਸ ਜਿਹੜਾ ਮੈਂ ਤੁਹਾਨੂੰ ਪਹਿਲਾ ਪੁਆਇੰਟ ਦੱਸਿਆ ਸੀਗਾ ਕਿ ਜਿਹੜੇ ਪੇਰੈਂਟਸ ਨੇ ਉਹ ਆਪਣੇ ਘਰਦਿਆਂ ਤੋਂ ਫੈਮਿਲੀ ਮੈਂਬਰਸ ਤੋਂ ਫਰੈਂਡਸ ਤੋਂ ਨੇਬਰਸ ਤੋਂ ਸਲਾਹ ਲੈ ਸਕਦੇ ਨੇ ਕਿ ਅਸੀਂ ਕਿਵੇਂ ਇੱਕ ਬੱਚੇ ਦੀ ਕੇਅਰ ਕਰ ਸਕੀਏ ਸੋ ਉਹੀ ਪੁਆਇੰਟ ਆਪਾਂ ਇੱਥੇ ਮੈਂਸ਼ਨ ਕਰਤਾ ਕਿ ਦਾ ਮੋਸਟ ਸਿਗਨੀਫਿਕੈਂਟ ਵਨ ਕਿ ਬਹੁਤ ਸਾਰੇ ਮੈਥਡ ਨੇ ਪਰ ਜ਼ਰੂਰੀ ਕਿਹੜਾ ਗਾ ਕਿ ਪੇਰੈਂਟਸ ਕੁੱਡ ਲਰਨ ਟੂ ਟੇਕ ਕੇਅਰ ਆਫ ਚਾਈਲਡ ਫਰੋਮ ਦੇਅਰ ਫੈਮਿਲੀ ਮੈਂਬਰਸ ਫਰੈਂਡਸ ਐਂਡ ਨੇਬਰਸ ਵੀ ਫੈਮਿਲੀ ਮੈਂਬਰਸ ਤੋਂ ਫਰੈਂਡਸ ਤੋਂ ਤੇ ਨੇਬਰਸ ਤੋਂ ਸਿੱਖ ਸਕਦੇ ਨੇ ਆਪਦੇ ਬੱਚੇ ਦੀ ਕੇਅਰ ਕਰਨਾ ਸੋ ਇਹ ਸੀਗਾ ਆਪਣਾ ਪਹਿਲਾ ਪੁਆਇੰਟ ਹੁਣ ਦੂਸਰਾ ਪੁਆਇੰਟ ਸੀਗਾ ਬੱਚੇ ਕਿ ਅਸੀਂ ਵਲੌਗਸ ਦੇਖ ਸਕਦੇ ਹਾਂ ਵੀਡੀਓ ਦੇਖ ਸਕਦੇ ਹਾਂ ਤਾਂ ਹੁਣ ਆਪਾਂ ਕੀ ਲੈ ਲਿਆ ਕਿ ਇਨ ਅਡੀਸ਼ਨ ਟੂ ਇਟ ਹੁਣੇ ਆਪਾਂ ਕਨੈਕਟਰ ਯੂਜ ਕਰ ਲਿਆ ਵੀ ਇਹਦੇ ਨਾਲ ਹੀ ਮਤਲਬ ਇਨ ਅਡੀਸ਼ਨ ਟੂ ਇਟ ਸੋ ਮੈਨੀ ਅਥੈਂਟੀਕੇਟਡ ਵਲੌਗਸ ਰਿਗਾਰਡਿੰਗ ਮੈਡੀਕਲ ਕੇਅਰ ਆਫ ਚਾਈਲਡ ਆਰ ਮੇਡ ਬਾਏ ਇੰਡੀਵਿਜੁਅਲ ਥਰੂ ਵਿੱਚ ਪੇਰੈਂਟਸ ਕੈਨ ਲਰਨ ਹੁਣ ਕੀ ਲੱਗ ਗਿਆ ਪੁੱਤਰ ਦੂਜਾ ਸੀਗਾ ਕਿ ਵਲੌਗਸ ਦੇਖ ਲੈਣ ਵੀਡੀਓਜ਼ ਦੇਖ ਲੈਣ ਹੁਣ ਉਹ ਕਿਵੇਂ ਲਿਖਿਆ ਆਪਾਂ ਦੇਖੋ ਕਿ ਇਨ ਅਡੀਸ਼ਨ ਟੂ ਇਟ ਵੀ ਇਹਦੇ ਨਾਲ ਹੀ ਇੱਕ ਜਿਹੜਾ ਘਰਦਿਆਂ ਨੂੰ ਪੁੱਛਣਾ ਦੋਸਤਾਂ ਨੂੰ ਪੁੱਛਣਾ ਗਵਾਂਢੀਆਂ ਨੂੰ ਪੁੱਛਣਾ ਉਹਦੇ ਨਾਲ ਹੀ ਇੱਕ ਹੋਰ ਹੈਗਾ ਕਿ ਬਹੁਤ ਸਾਰੇ ਅਥੈਂਟੀਕੇਟਡ ਵਲੌਗਸ ਨੇਗੇ ਜਿਹਦੇ ਨਾਲ ਅਸੀਂ ਮੈਡੀਕਲ ਕੇਅਰ ਆਫ ਚਾਈਲਡ ਜਿਹਦੇ ਬਣਾਏ ਜਾਂਦੇ ਨੇ ਉਹ ਵਲੌਗਸ ਕਿਹਦੇ ਦੁਆਰਾ ਇੰਡੀਵਿਜੁਅਲਸ ਦੁਆਰਾ ਜਿਹਦੇ ਨਾਲ ਪੇਰੈਂਟਸ ਕੀ ਕਰ ਸਕਦੇ ਨੇ ਪੇਰੈਂਟਸ ਕੈਨ ਲਰਨ ਟੂ ਲੁੱਕ ਆਫਟਰ ਦੇਅਰ ਵਰਡ ਪੇਰੈਂਟਸ ਕੈਨ ਲਰਨ ਟੂ ਲੁੱਕ ਆਫਟਰ ਦੇਅਰ ਵਰਡ ਵਰਡ ਦਾ ਮੀਨਿੰਗ ਕੀ ਹੋ ਗਿਆ ਕਿ ਆਪਦੇ ਬੱਚੇ ਨੂੰ ਕੇਅਰ ਕਰ ਸਕਦੇ ਨੇ ਦੇਖ ਸਕਦੇ ਨੇਗੇ ਹੁਣ ਆਪਾਂ ਹੋਰ ਕੀ ਲਿਖਤਾ ਇਹਦੂ ਅੱਗੇ ਅਨਦਰ ਵਨ ਇਜ਼ ਜਿਹੜਾ ਆਪਣਾ ਪੁਆਇੰਟ ਸੀਗਾ ਕਿ ਨੈਨੀ ਨੂੰ ਰੱਖ ਸਕਦੇ ਨੇ ਬੇਬੀ ਕੇਅਰ ਬੇਬੀ ਸਿਟਰ ਨੂੰ ਰੱਖ ਸਕਦੇ ਨੇ ਉਹ ਕੀ ਲੈ ਲਿਆ ਆਪਾਂ ਦੇ ਕੈਨ ਹਾਇਰ ਬੇਬੀ ਸਿਟਰ ਬਿਕਾਜ਼ ਇਟ ਇਜ਼ ਚੀਪਰ ਰੈਦਰ ਦੈਨ ਪੇਇੰਗ ਫੀਸ ਆਫ ਕੋਸਟਲੀ ਕੋਰਸਿਸ ਕਿਉਂ ਬੇਬੀ ਸਿਟਰ ਨੂੰ ਰੱਖਣ ਕਿਉਂ ਕਿਉਂਕਿ ਉਹ ਇੱਕ ਸਸਤਾ ਤਰੀਕਾ ਗਾ ਕੋਰਸ ਦੇ ਵਿੱਚ ਐਡਮਿਸ਼ਨ ਲੈਣ ਦੇ ਨਾਲੋਂ ਕੋਰਸਿਸ ਮਹਿੰਗੇ ਨੇ ਬੇਬੀ ਸਿਟਰ ਆ ਜਿਹੜਾ ਉਹ ਇੱਕ ਸਸਤਾ ਤਰੀਕਾ ਗਾ ਤਾਂ ਆਪਾਂ ਉਹਦੇ ਲਈ ਵਰਡ ਕੀ ਯੂਜ਼ ਕਰ ਲਿਆ ਪੁੱਤਰ ਕਿ ਇਟ ਇਜ਼ ਏ ਚੀਪਰ ਦੈਨ ਪੇਇੰਗ ਫੀਸ ਆਫ ਕੋਸਟਲੀ ਕੋਰਸਿਸ ਉਹ ਮੈਂਸ਼ਨ ਕਰਤਾ ਹੁਣ ਆਪਾਂ ਇੱਕ ਹੋਰ ਪੁਆਇੰਟ ਮੈਂਸ਼ਨ ਕਰਦੇ ਹਾਂ ਕਿ ਜਰਨਲ ਪੁਆਇੰਟ ਮੈਂਸ਼ਨ ਕਰ ਦਿੰਦੇ ਹਾਂ ਕਿ ਮੋਰ ਓਵਰ ਇੱਕ ਕਨੈਕਟਰ ਯੂਜ਼ ਕਰਿਆ ਆਪਾਂ ਵੈਨ ਕਪਲਸ ਬਿਕਮ ਪੇਰੈਂਟਸ ਆ ਸੋਫਟ ਕਾਰਨਰ ਫੋਰ ਦੇਅਰ ਬੇਬੀ ਮੇਕਸ ਅ ਪਲੇਸ ਇਨ ਦੇਅਰ ਹਰਟ ਐਂਡ ਦੇ ਕੁੱਡ ਆਟੋਮੈਟਿਕਲੀ ਫੀਲ ਦੇਅਰ ਪੇਨ ਐਂਡ ਹੈਪੀਨੈਸ ਐਜ਼ ਵੈਲ ਕਿ ਜਦੋਂ ਕੋਈ ਵੀ ਕਪਲ ਜਿਹੜੇ ਉਹ ਮਾਂ ਪਿਓ ਬਣਦੇ ਨੇ ਕੋਈ ਵੀ ਬੱਚਾ ਜਨਮ ਲੈਂਦਾ ਤਾਂ ਉਹ ਉਹਨਾਂ ਦੇ ਹਰਟ ਦੇ ਵਿੱਚ ਇੱਕ ਸੋਫਟ ਕਾਰਨਰ ਹੁੰਦਾ ਜਿਹਦੇ ਨਾਲ ਆਟੋਮੈਟਿਕਲੀ ਉਹਨਾਂ ਨੂੰ ਉਹਦਾ ਪੇਨ ਤੇ ਉਹਦੀ ਹੈਪੀਨੈਸ ਬਾਰੇ ਪਤਾ ਲੱਗਦਾ ਗਾ ਤਾਂ ਦੇਖੋ ਬੀਪੀ 2 ਦੇ ਵਿੱਚ ਵੀ ਆਪਾਂ ਕਿੰਨੇ ਵਧੀਆ ਤੇ ਸੌਖੇ ਢੰਗ ਦੇ ਨਾਲ ਇੱਕ ਪੁਆਇੰਟ ਮੈਂਸ਼ਨ ਕਰਤੇ ਤਿੰਨ ਪੁਆਇੰਟ ਸੀਗੇ ਪਹਿਲਾ ਪੁਆਇੰਟ ਸੀਗਾ ਕਿ ਅਸੀਂ ਫੈਮਿਲੀ ਤੋਂ ਸਿੱਖ ਸਕਦੇ ਹਾਂ ਫੈਮਿਲੀ ਮੈਂਬਰਸ ਤੋਂ ਫਰੈਂਡਸ ਤੋਂ ਸੈਕਿੰਡ ਪੁਆਇੰਟ ਆਪਾਂ ਕੀ ਲਿਖ ਲਿਆ ਕਿ ਅਸੀਂ ਇੱਕ ਵਲੌਗਸ ਦੇਖ ਸਕਦੇ ਹਾਂ ਵੀਡੀਓਜ਼ ਦੇਖ ਸਕਦੇ ਹਾਂ ਥਰਡ ਪੁਆਇੰਟ ਆਪਾਂ ਕੀ ਲਿਖ ਲਿਆ ਕਿ ਅਸੀਂ ਬੇਬੀ ਸਿਟਰ ਨੂੰ ਹਾਇਰ ਕਰ ਸਕਦੇ ਹਾਂ ਸੋ ਇਹ ਵੀ ਪੁੱਤਰ ਆਪਣਾ ਟਾਸਕ 2 ਦਾ ਜਿਹੜਾ ਬੀਪੀ 2 ਸੀ ਇਹਦੇ ਵੀ ਆਪਾਂ ਨੂੰ 2.5 ਬੈਂਡ ਮਿਲਦੇ ਨੇਗੇ ਪ੍ਰੋਪਰ ਵਧੀਆ ਢੰਗ ਦੇ ਨਾਲ ਦੇਖੋ ਕਿਤੇ ਵੀ ਆਪਣੀ ਕੋਈ ਸਿੰਗਲ ਵਰਡ ਦੀ ਰੈਪੀਟੇਸ਼ਨ ਵੀ ਨਹੀਂ ਹੋਈ ਹੈਗੀ ਸੋ ਇਹ ਬਹੁਤ ਇੰਪੋਰਟੈਂਟ ਆ ਕਿ ਰੈਪੀਟੇਸ਼ਨ ਨੂੰ ਅਵੋਇਡ ਕਰਨ ਦੇ ਵਧੀਆ ਢੰਗ ਦੇ ਨਾਲ ਦੇਖੋ ਕਿੰਨੇ ਵਧੀਆ ਆਪਾਂ ਕਨੈਕਟਰ ਯੂਜ਼ ਕਰਕੇ ਲਿਖਿਆ ਹੈਗਾ ਕੋਈ ਰੈਪੀਟੇਸ਼ਨ ਨਹੀਂ ਕੀਤੀ ਸੋ ਇਹ ਸੀਗਾ ਪੁੱਤਰ ਆਪਣਾ ਬੀਪੀ 2 ਹੁਣ ਆ ਜਾਓ ਕੰਕਲੂਜ਼ਨ ਤੇ ਕੰਕਲੂਜ਼ਨ ਕਿਵੇਂ ਲਿਖ ਸਕਦੇ ਹਾਂ ਪੁੱਤਰ ਆਪਾਂ ਕਿ ਜਿਹੜੀ ਅਸੀਂ ਟਾਸਕ ਸਟੇਟਮੈਂਟ ਬੰਨ ਟਾਸਕ ਸਟੇਟਮੈਂਟ ਵੱਲ ਪੁੱਤਰ ਆਪਾਂ ਕਾਹਦੇ ਬਾਰੇ ਦਿੱਤੀ ਸੀਗੀ ਕੋਰਸਿਸ ਬਾਰੇ ਕਿ ਉਹਨੂੰ ਰੀਫਰੇਸ ਕਰ ਦਿਓ ਟਾਸਕ ਸਟੇਟਮੈਂਟ 2 ਕਿਹੜੀ ਦਿੱਤੀ ਸੀ ਆਪਾਂ ਜਿਹੜੇ ਅਲਟਰਨੇਟਿਵ ਵੇਜ ਸੀਗੇ ਉਹਨੂੰ ਰੀਫਰੇਸ ਕਰ ਦਿਓ ਹੁਣ ਉਹਨੂੰ ਰੀਫਰੇਸ ਕਰਨ ਦਾ ਤਰੀਕਾ ਕੀ ਹੈ ਪੁੱਤਰ ਦੇਖੋ
कि इनकनकलूजन आ स्टार्टिंग होगी कंकलूजन की कि इनकनकलूजन आई रीइटरेट डैट के मैं व्यू दिनागा मैं सोचना हाँ डैट कंपेलिंग पेरेंट्स कंपेलिंग मतलब कि बच्चे फोर्स करना किसी नूं कंपेलिंग पेरेंट्स टू टेक पार्टिसिपेशन इज नॉट नसैसरी कि पेरेंट्स नूं फोर्स करना धक्का करना उन्हां नाल कि तुसीं इह कोर्स दे विच जाओ इहदी जरूरत नहीं हैगी बहुत ज्यादा जरूरतमंद नहीं हैगा एंड हुण आ सीगी जिहड़ी अपनी टास्क स्टेटमेंट वन जिहनूं आपां रीफ्रेस कीता एंड अदर स्टेप्स कुड बी प्रोडक्टिव टू एडूकेट दैम अबाउट चाइल्ड केयर भी होर भी स्टैप्स हैगे ने जिहड़े सानूं लैणे चाहीदे ने जिहड़े चाइल्ड केयर दे रिलेटड नेगे कि उन्हां तों वी उह सिख सकदे ने ये जरूरी नहीं है भी उन्होंने कोर्स ही पार्टिसिपेट करना पेगा सो ये सीगा पुत्र अपना टास्क टू हुण दोबारा एक बार आप गो थ्रू हो जाने सारे दे सब तो पहला आप देखी पुत्र इंट्रोडक्शन के इंट्रोडक्शन आप किवें बनाउणे आ दैन आप थोड़े नाल पॉइंट डिस्कस किए पॉइंट बनाने सिखाए थोड़ा भी जो थोड़े दिमाइंड आह चीज आ तो आह पॉइंट बना लो ये चीज आ तो आह पॉइंट बना लो सो पॉइंट आप मैनशन करते पॉइंट करने तो बाद बीपी वन लिखा पुत्र बहुत वधिया ढंग दे नाल सारे जिन्हें ग्रीन कलर दे विच हाईलाइट ने थोड़े लिए कनैक्टर सनोनियम्स ने सारे जिन्हों आप बहुत वधिया तरीके नाल लिख सकते हैं फिर आप बीपी टू देखिया फिर आप कंकलूजन देखिया कि कंकलूजन किवें असी वधिया ढंग च कर सकते हैं सो इंपोर्टेंट पार्ट हुंदा बच्चे राइटिंग टास्क टू का सो देखो ये किन्ने वधिया ढंग दे नाल आप सारा बनाया किन्ने वधिया तरीके दे नाल आप सारा किया सीगा सो जे थोनू ये वीडियो वधिया लगी पुत्र नॉलेज मिली थोनू कुछ सीखने मिलिया नवा मेरी वीडियो दे विचों तां वीडियो नू लाइक शेयर ते कमेंट करके जरूर दस्यो मैनू एंड फॉर मोर वीडियोज स्टे ट्यून्ड।